ਤੁਸੀਂ ਧਿਆਨ ਨਾਲ ਸੁਣ ਲਿਆ ਸੀਗਾ ਕਈ ਵਾਰੀ ਸਾਹਮਣੇ ਵਾਲੇ ਨੇ 2,500 ਕਿਹਾ ਹੁੰਦਾ 2,50,000 ਹੈ ਜੀ ਫੀਸ ਤਾਂ ਅੱਛਾ ਕਿਸੇ ਹੋਰ ਨੇ ਵੀ ਉਸ ਸਕੂਲ ਚ ਪਾਇਆ ਆਪਣਾ ਜਵਾਕ ਕਿ ਸੱਤ ਹੀ ਸ਼ੁਰੂ ਕਰ ਰਹੇ ਹੈ ਬਥੇਰੀ ਦੁਨੀਆਂ ਨੇ ਪਾਇਆ ਆਪਣੇ ਬੱਚੇ ਦੇਖ ਪੁੱਤ ਆਪਣੀ ਤਾਂ ਗੁੰਜਾਇਸ਼ ਹੈ ਨਹੀਂ ਹੈ ਪਾਪਾ ਜੀ ਕਰ ਲਾਂ ਇੱਕ ਹੀਲਾ 1.5 ਲੱਖ ਤਾਂ ਆਪਣੇ ਕੋਲ ਜਿਹੜਾ ਬੋਰ ਵਾਸਤੇ ਜੋੜਿਆ ਸੀ ਉਹੀ ਪਿਆ ਜੀ ਫਸਲ ਖੜੀ ਹੈ ਮੋਟਰ ਰੇਤਾ ਚੱਕਣ ਲੱਗ ਪਈ ਹੈ ਦੇਖ ਲੈ ਪੁੱਤ ਬਹੁਤ ਔਖੇ ਹੋਵਾਂਗੇ ਮੈਂ ਕਰੀ ਆ ਜੀ ਹਰਨਾਮ ਕਹਿਣਾ ਗੱਲ ਉਹ ਕਹਿੰਦੇ ਜੇ ਲੋੜ ਪਈ ਤੁਹਾਨੂੰ ਪਾਣੀ ਵੀ ਦੇ ਦਾਂਗੇ ਬਾਕੀ ਫੀਸ ਕਿਸ਼ਤਾਂ 'ਚ ਦੇਣੀ ਆ ਜੀ ਮੂਹਰੇ ਫਸਲ ਵੀ ਤਾਂ ਆ ਜਾਣੀ ਆਪਣੀ ਤੁਸੀਂ ਤਾਂ ਸਾਰਾ ਹਿਸਾਬ ਲਾਈ ਬੈਠੇ ਹੋ ਮੈਥੋਂ ਤਾਂ ਬਸ ਹਾਂ ਹੀ ਕਰਾਉਣੀ ਹੈ ਕਰ ਦਿੰਦਾ ਹੈ ਹਾਂ ਪਾ ਦੇ ਜਵਾਕ ਨੂੰ ਵੱਡੇ ਸਕੂਲ 'ਚ ਦੇਖੀ ਜਾਊਗੀ ओके मिस्टर सिंह यू कैन गिव दिस फॉर्म एट द रिसेप्शन वहाँ मिस मालिनी आपको बता देंगे कि बुक्स और यूनिफॉर्म किस शॉप से लेनी है ठीक है जी एंड वन मोर थिंग मिस्टर सिंह हाँ जी इस स्कूल में बाकी सब्जेक्ट्स के साथ ऑप्शनल लैंग्वेज भी चूज करनी होती है या तो आप फ्रेंच ले सकते हैं अगर आप चाहें तो पंजाबी भी ले सकते हैं तुसी पंजाबी पढ़ाने हो जी लो असी एवें डरी गए भी साडे अमन ने तो पंजाबी भुल जानी है साडे नाल बोलणो भी जाऊगा हाँ जी आप ओपरी जी फ्रेंच दा सिक्की करना है ओके ਮਨਜੀਤ ਹਾਂਜੀ ਜਲਦੀ ਕਰੋ ਅਮਨ ਸਕੂਲ ਨੂੰ ਲੇਟ ਹੋ ਰਿਹਾ ਹਾਂਜੀ ਹੈਬਰੋਨ ਵਰਲਡ ਸਕੂਲ ਨੂੰ ਉਹ ਨਾਲੇ ਇਹ ਕਿਹੜਾ ਜੋਤੀ ਮਾਡਲ ਸਕੂਲ ਆ ਜਿੱਥੇ ਜਦੋਂ ਜੀ ਕੀਤਾ ਮੂੰਹ ਚੱਕ ਕੇ ਚਲੇ ਗਏ ਉਹ ਇਹ ਤਾਂ ਸ਼ਹਿਰ ਦਾ ਸਭ ਤੋਂ ਵੱਡਾ ਸਕੂਲ ਹੈ ਵੱਡੇ ਵੱਡੇ ਅਫਸਰਾਂ ਦੇ ਨਿਆਣੇ ਪੜ੍ਹਦੇ ਆ ਉੱਥੇ ਨਾਲੇ ਪਹਿਲਾ ਦਿਨ ਲੰਚ ਬਾਕਸ ਪੈਕ ਕਰ ਦਿਓ ਇਹਦਾ ਸਾਲੇ ਰੋਟੀ ਵਾਲਾ ਡੱਬਾ ਕਹਿਣ ਵਾਲੇ ਹੁਣ ਲੰਚ ਬਾਕਸ ਤੇ ਆ ਗਏ ਇੱਕ ਦਿਨ 'ਚ ਪੈਰ ਛੱਡ ਗਏ ਫੁਕਰੇ ਖੜ ਜਾਓ ਹੁਣੇ ਆ ਗਈ ਮੈਂ ਲੰਚ ਬਾਕਸ ਲੈ ਕੇ ਅੱਜ ਤਾਂ ਸਕੂਟਰ ਵੀ ਨਾ ਅੰਗਰੇਜ਼ੀ ਬੋਲਦਾ ਬ੍ਰਮ ਬ੍ਰਮ ਕਰਦਾ ਬ੍ਰਮ ਬ੍ਰਮ ₹2,50,000 ਰੁਪਿਆ ਲਾਇਆ ਅਸੀਂ 2,50,000 ਚਲੋ ਸ਼ਾਬਾਸ਼